ਮੈਂ ਚਾਚਾ ਇਹਦਾ, ਇਹਦਾ ਨਾਮ ਨਮਤੇਜ ਸਿੰਘ ਸੀਗਾ। ਅਤੇ ਮਤਲਬ 8:30 ਵਜੇ 9 ਵਜੇ ਰੋਟੀ ਖਾ ਕੇ ਘਰੋਂ ਅਤੇ ਬਾਹਰ ਆ ਗਿਆ। ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਿਆ ਗੁਰਦੁਆਰਾ ਸਾਹਿਬ ਤੋਂ, ਫਿਰ ਆ ਕੇ ਦੇਖਿਆ ਅਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ। ਦੁਸ਼ਮਣੀ ਕੋਈ ਪੁਰਾਣੀ ਨਹੀਂ? ਨਹੀਂ, ਦੁਸ਼ਮਣੀ ਕੀ ਹੋਣੀ ਆ, ਬੱਚਾ ਛੋਟਾ ਜਿਹਾ। ਤੁਹਾਨੂੰ ਕੀ ਲੱਗਦਾ ਜਿਸ ਨੇ ਕੀਤਾ ਕਤਲ? ਸਾਨੂੰ ਤਾਂ ਇੰਝ ਲੱਗਦਾ ਡੈਥ ਕੀਤੀ ਕਿਸੇ ਨੇ, ਇਹਦੀ ਕਤਲ ਕੀਤਾ ਦਾ। ਕੀ ਗੱਲ ਹੋਈ ਜੀ? ਗੱਲ ਦਾ ਤਾਂ ਪਤਾ ਨਹੀਂ ਜੀ, 8:30 ਵਜੇ ਰੋਟੀ ਖਾ ਕੇ ਅਤੇ ਮੁੜ ਕੇ ਬਾਹਰ ਨੂੰ ਆ ਗਿਆ ਅਤੇ ਪਤਾ ਨਹੀਂ ਆ ਹੁਣ ਵੱਖਾ ਤੁਹਾਡੇ ਸਾਹਮਣੇ ਹੀ ਹੁਣ। ਕਿੱਥੇ ਰਹਿੰਦਾ ਸੀ, ਕਿੰਨੀ ਉਮਰ ਸੀ ਮੁੰਡੇ ਦੀ? ਇਹਦੀ 18 ਸਾਲ ਅਤੇ 3 ਮਹੀਨੇ ਦਾ ਜੀ। ਅੱਛਾ ਜੀ, ਹਾਂਜੀ। ਕੋਈ ਪੁਰਾਣੀ ਰੇਂਜਿਸ ਵਗੈਰਾ ਦੇ? ਨਹੀਂ ਨਹੀਂ, ਰੰਜਰ ਰੁੰਜਰ ਕੋਈ ਨਹੀਂ ਮੁੰਡੇ, ਜਿੱਦਾਂ ਲੜ ਲੜ ਪੈਂਦੇ ਹੋਏ ਲੜ ਲੜ ਪੈਂਦਾ। ਤੁਹਾਨੂੰ ਕਿਸ ਨੇ ਭਾਈ ਪਤਾ ਲੱਗਾ ਕਿ ਇੱਦਾਂ ਦੀ? ਇਹ ਹੁਣ ਗੁਰਦੁਆਰੇ ਅਨਾਊਂਸਮੈਂਟ ਹੋਈ ਸੀ ਅਤੇ ਆਉਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ, ਮੈਂ ਤਾਂ ਆਹ ਵੇਖਣਾ ਗਏ ਦੋਵੇਂ ਭਰਾ, ਅਸੀਂ ਕਿਹਾ ਵੀ ਸਾਡਾ ਮੁੰਡਾ ਜੀ ਰਾਤ ਦਾ ਹੈ, ਵੇਖ ਕੇ ਆਈਏ। ਅਤੇ ਮੈਂ ਤਾਂ ਆਉਂਦਿਆਂ ਪਛਾਣ ਲਿਆ, ਮੈਂ ਵੀ ਜਦ ਬੰਦਾ ਤਾਂ ਆਪਣਾ ਹੀ ਮੈਨੂੰ ਹੁਣ ਪਤਾ ਲੱਗਾ ਵਾ ਵੀ ਇਸ ਤਰ੍ਹਾਂ ਕਿਸੇ ਦੇ ਮਤਲਬ ਡੈਥ ਹੋਈ ਆ ਅਤੇ ਮੈਂ ਦੇਖਣਾ ਆ ਅਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ। ਹਾਂ, ਇਹ ਨਾ ਇੱਕ ਜਿਵੇਂ ਕਿਸੇ ਨੇ ਮਾਰ ਕੇ ਸੁੱਟਿਆ ਇੱਥੇ। ਕਿਹੜਾ ਇਲਾਕਾ ਹੈਗਾ ਜੀ ਵੇਰਕੇ ਦਾ? ਕਿਹੜਾ ਇਲਾਕੇ ਦੇ ਵਿੱਚ? ਇਹ ਵੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ, ਜਿਹੜਾ ਇਹਨਾਂ ਦਾ ਮੇਛੀ ਦਾ ਬੱਗੇ ਵਾਲੀ ਵਾਦੀ ਆ। ਕਿੰਨੀ ਉਮਰ ਸੀ ਜੀ ਮੁੰਡੇ ਦੀ? ਇਹਦੇ 18 ਸਾਲ ਦੇ ਕਰੀਬ ਹੋਣਾ ਵਾ ਅਤੇ ਮੈਨੂੰ ਤਾਂ ਵੇਖੇ ਨੇ ਬੜੀ ਦੇਰ ਹੋ ਗਏ, ਪਤਾ ਨਹੀਂ ਇਹਨਾਂ ਕੋਲ ਰਿਸ਼ਤੇ ਰੁਸ਼ਤੇਦਾਰਾਂ ਕੋਲ ਵਿਚਾਰਿਆਂ ਨੇ ਘੱਲਿਆ ਸੀ। ਹੁਣ ਕੀ ਮਾਂ ਕੀ ਕਰਦੇ ਜੀ? ਨਹੀਂ ਦੇਖੋ ਜੀ, ਇਹ ਸਰਕਾਰ ਪੂਰੀ ਇਹਦੇ 'ਤੇ ਧਿਆਨ ਦਵਾਵਾਂਗੇ, ਅਸੀਂ ਕਰਾਂਗੇ ਬੇਨਤੀ MLA ਸਾਹਿਬ ਹੋਣਾ ਨੂੰ। ਸਰ ਜਿਹੜਾ ਵੀ ਦੋਸ਼ੀ ਹੋਏਗਾ? ਹਾਂ ਹਾਂ, ਜਿਹੜਾ ਦੋਸ਼ੀ ਹੋਵੇਗਾ ਉਹਦੇ 'ਤੇ ਕਾਰਵਾਈ ਕਰਵਾਵਾਂਗੇ ਜੀ। ਰਾਤ ਦਾ ਮਾਮਲਾ ਜੀ, ਲੜਕੇ ਨੂੰ ਵੇਰਕੇ ਦਾ ਲੜਕਾ ਵਾ, ਕਰਚਾਂ ਵਗੈਰਾ ਮਾਰੀਆਂ ਉਹਨੂੰ ਅਤੇ ਸਵੇਰੇ ਹੀ ਪਤਾ ਲੱਗਾ ਵਾ, ਖਾਸ ਕਰਕੇ MLA ਸਾਹਿਬ ਨੂੰ ਵੀ ਦੱਸਿਆ ਗਿਆ ਵਾ, DSP ਸਾਹਿਬ ਆਪ ਆਏ ਆ, ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਵੇਗੀ ਵਧੀਆ ਤਰੀਕੇ ਨਾਲ। DSP ਸਰ ਆਪ ਆ ਗਏ, SHO ਸਾਰੀ ਪੁਲਿਸ ਫੋਰਸ, ਪਰਿਵਾਰ ਮੈਂਬਰ ਵੱਲੋਂ ਕਿਹਾ ਕਿ 2-3 ਬੰਦੇ ਦਾ ਨਾਮ ਹੀ ਲਿੱਤੇ ਗਏ। ਵੇਖੋ ਜੀ, ਜੇ ਲਿੱਤੇ ਗਏ ਆ ਤਾਂ ਪੂਰੀ ਕਾਰਵਾਈ ਕੀਤੀ ਜਾਵੇਗੀ, ਜਿਹੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬਣੇ ਪਾਉਣ ਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਇਨਸਾਫ ਮਿਲੂਗਾ ਜੀ। ਸਾਨੂੰ ਇੱਕ ਸੂਚਨਾ ਮਿਲੀ ਵੀ ਇੱਕ ਡੈੱਡ ਬੋਡੀ ਆ ਵੇਰਕੇ ਬਾਹਰ ਸ਼ਮਸ਼ਾਨ ਘਾਟ ਦੇ ਹੱਡੋ ਰੋੜੇ ਲਾਗੇ ਪਈ ਹੈ। ਮੌਕੇ 'ਤੇ ਪੁੱਜੇ ਹਾਂ, FSL ਟੀਮ ਬੁਲਾਈ ਹੈ, ਜੋ ਵੀ ਸਰਕਮਸਟਾਂਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਡੇ ਦੀ ਉਮਰ ਕੋਈ ਕਰੀਬ 18 ਸਾਲ ਹੈਗੀ ਹੈ। ਕੋਈ ਗੱਲ ਨਹੀਂ, ਉਹਦੇ ਬਾਰੇ ਚੱਲਾਂਗੇ, ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ।